ਅੱਧੀ ਰਾਤ ਨੂੰ ਗਲੀ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ, ਜਿਸ ਦੇ ਕਾਰਨ ਇਲਾਕਾ ਨਿਵਾਸੀਆਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੋ ਗਿਆ। ਘਰਾਂ ਦੇ ਵਿੱਚ ਕੱਚ ਦੀਆਂ ਬੋਤਲਾਂ ਮਾਰੀਆਂ ਗਈਆਂ ਨੇ, ਗਲੀਆਂ ਦੇ ਵਿੱਚ ਖੜ੍ਹੇ ਵਾਹਨ ਭੰਨ ਦਿੱਤੇ ਗਏ ਨੇ, ਸ਼ੀਸ਼ੇ ਤੋੜ ਦਿੱਤੇ ਗਏ ਨੇ ਅਤੇ ਸਾਰੀ ਹੀ ਘਟਨਾ CCTV 'ਚ ਵੀ ਕੈਦ ਹੋਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਦੋ ਗੁੱਟਾਂ ਦੀ ਆਪਸ ਦੇ ਵਿੱਚ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ। 31 ਤਰੀਕ ਨੂੰ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੇ ਵਿਚਕਾਰ ਪਹਿਲਾਂ ਝਗੜਾ ਹੁੰਦਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਰਾਜ਼ੀਨਾਮਾ ਹੋ ਜਾਂਦਾ, ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ ਅਤੇ ਨਾਲ ਬਦਮਾਸ਼ਾਂ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ 14 ਤੋਂ 15 ਨੌਜਵਾਨ ਬੈਠੇ ਨਜ਼ਰ ਆ ਰਹੇ ਨੇ, ਜਿਨ੍ਹਾਂ ਦੇ ਵੱਲੋਂ ਗਲੀ ਦੇ ਵਿੱਚ ਸ਼ਰੇਆਮ ਤੋੜ ਫੋੜ ਕੀਤੀ ਗਈ ਹੈ। ਲੋਕਾਂ ਦੇ ਘਰਾਂ ਦੇ ਵਿੱਚ ਕੱਚ ਦੀਆਂ ਬੋਤਲਾਂ ਮਾਰੀਆਂ ਗਈਆਂ ਨੇ ਅਤੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਲੜਾਈ ਸੀ ਉਸਦੇ ਉੱਤੇ ਹਮਲਾ ਕਰਨ ਦੀ ਨੀਅਤ ਦੇ ਨਾਲ ਉਸਦੇ ਘਰ 'ਚ ਦਾਖਲ ਹੁੰਦੇ ਨੇ, ਪਰ ਕਿਸੇ ਤਰੀਕੇ ਦੇ ਨਾਲ ਉਹ ਜਾਨ ਬਚਾ ਕੇ ਭੱਜ ਜਾਂਦਾ। ਕਿਹਾ ਜਾ ਰਿਹਾ ਕਿ ਪਹਿਲਾਂ ਵੀ ਇੱਕ ਨੌਜਵਾਨ ਦਾ ਇਹਨਾਂ ਦੇ ਵੱਲੋਂ ਸਿਰ ਪਾੜ ਦਿੱਤਾ ਗਿਆ ਸੀ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਇਹ ਪੁਰਾਣੀ ਰੰਜਿਸ਼ ਜੋ ਹੈ ਉਹ ਦੁਬਾਰਾ ਜਿਉਂਦਾ ਹੋ ਜਾਂਦੀ ਹੈ। ਅਤੇ ਕਿਹਾ ਜਾ ਰਿਹਾ ਕਿ ਜਿਸ ਘਰ ਦੇ ਉੱਤੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ, ਤੇਜ਼ ਧਾਰ ਹਥਿਆਰਾਂ ਦੇ ਨਾਲ ਉਸਦਾ ਲੋਹੇ ਦਾ ਗੇਟ ਹੀ ਵੱਢ ਦਿੱਤਾ ਹੈ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ, ਉੱਥੇ ਜਦੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਮੁਲਾਜ਼ਮ ਦਾ ਕਹਿਣਾ ਸੀ ਕਿ ਹਾਲੇ ਤੱਕ ਉਹਨਾਂ ਦੇ ਕੋਲ ਕਿਸੇ ਦੀ ਵੀ ਕੋਈ ਸ਼ਿਕਾਇਤ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਵੀ ਜਾਂਚ ਇਸ ਨੂੰ ਆਪਣੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਕਿਹੜੇ ਉਹ ਸ਼ਖਸ ਨੇ ਜਿਨ੍ਹਾਂ ਦੇ ਵੱਲੋਂ ਗਲੀ ਦੇ ਵਿੱਚ ਅੱਧੀ ਰਾਤ ਨੂੰ ਸ਼ੋਰ ਸ਼ਰਾਬਾ ਕੀਤਾ ਗਿਆ, ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਅੰਗਰੇਜ਼ ਸਿੰਘ ਹਾਂਜੀ, ਕਿੱਥੋਂ ਆਉਣ ਵਾਲੇ? ਆਪਾਂ ਹੀ ਦੇ ਸਿੰਘ ਵਧੀਆ ਜ਼ਾਤੀ ਅੰਦਰਾਂ 20 ਮੁੰਡੇ ਘਰੇ ਆ ਗਏ ਆਏ ਨੇ, ਮੇਰੇ ਉੱਤੇ ਹਮਲਾ ਕੀਤਾ ਆ ਇਹਨਾਂ ਨੇ। ਕੀ ਕਹਿੰਦੇ ਆ? ਇਹ ਕਹਿੰਦੇ ਸੀ ਤੂੰ ਵਿੱਚ ਪਿਆ, ਇਹਨਾਂ ਨੇ ਪਹਿਲੋਂ ਵੀ ਉਹਦੇ ਵੱਡੇ ਭਰਾ ਦਾ ਸਿਰ ਪਾੜਿਆ ਆ, ਇਹਨਾਂ ਹੈਗਾ ਉਦੋਂ ਵੀ ਉਹਦੇ ਕੋਈ ਕਾਰਵਾਈ ਮਤਲਬ ਨਹੀਂ ਹੋਈ ਇੰਨੀ ਹੈ, ਤੇ ਹੁਣ ਫੇਰ ਆ ਤੇ ਇਹਨਾਂ ਨੇ ਫੇਰ ਉਹਦੇ ਜ਼ਾਤੀ ਉਹਤੇ ਹਮਲਾ ਕੀਤਾ ਆ, ਅੱਡੀਆਂ ਵੀ ਤੋੜੀਆਂ, ਟੈਂਪੂ ਵੀ ਤੋੜਿਆ, ਉਹੀ ਵੇਖੋ ਤੇ ਸਹੀ ਦਰਵਾਜ਼ਾ ਵੀ ਸਾਰਾ ਤੋੜਿਆ ਉਦੋਂ ਹੋਇਆ ਇਹਨਾਂ ਨੇ, ਤੇ ਮੈਂ ਬੜੀ ਮੁਸ਼ਕਲ ਆਚਾਈ ਹੈ ਕੀ ਇਹ ਉੱਥੇ ਉਂਗਲੀ ਸਿਗਟਾਂ ਸ਼ਰਾਬ ਪੀਂਦੇ ਰਹਿੰਦੇ ਆ ਤੇ ਕੁੜੀਆਂ ਕੜੀਆਂ ਛੇੜਦੇ ਰਹਿੰਦੇ ਆ, ਇਸ ਕਰਕੇ ਇਹਨੂੰ ਅੱਕਿਆ ਸੀ ਤੇ ਉੱਚਾ ਉੱਚਾ ਵੀ ਉੱਥੇ ਪੀਂਦੇ ਰਹਿੰਦੇ ਆ। ਹਾਂਜੀ, ਉੱਥੇ ਟੈਂਪੂ ਦੇ ਵਿੱਚ ਰਾਤ ਨੂੰ ਉੱਥੇ ਸਮਾਨ ਸਮੂਨ ਪੀਂਦੇ ਰਹਿੰਦੇ ਨੇ ਸਾਰੇ। ਮੇਰਾ ਨਾਂ ਜੀ ਗੌਰਵ ਕਲੋਤਰਾ ਜੀ, ਮੈਂ ਪਿੰਡ ਢਪਈ ਦਾ ਰਹਿਣ ਵਾਲਾ ਜੀ। ਮਸਲਾ ਦੇਖੋ ਜੀ, 31 ਤਰੀਕ ਰਾਤ ਲੜਾਈ ਹੋਈ ਸੀ ਹੈਪੀ ਨਾਂ ਦੇ ਮੁੰਡੇ ਦੀ, ਸੋ ਅਸੀਂ ਉੱਥੇ ਛਡਾਇਆ ਸਗੋਂ ਕਿ ਚਲੋ ਯਾਰ ਲੜਾਈ ਨੂੰ ਖਤਮ ਕਰੋ, ਉਹਦੇ 3 ਜਗ੍ਹਾ ਤੋਂ ਸਿਰ ਪਾਟਾ ਆਇਆ ਸੀ, ਸੋ ਅਸੀਂ ਛਡਾਇਆ। ਸੋ ਛਡਾਉਣ ਤੋਂ ਬਾਅਦ ਇਹ 30-40 ਜਾਣੇ ਫਿਰ ਅੱਧੇ ਘੰਟੇ ਬਾਅਦ ਉੱਥੇ ਲੈ ਕੇ ਆਏ, ਮਹੱਲੇਦਾਰੀ ਦੇ ਵਿੱਚ ਬੋਤਲਾਂ ਚਲਾਈਆਂ ਔਰ ਚੰਗਾ ਗਦਰ ਦਹਿਸ਼ਤ ਦਾ ਮਾਹੌਲ ਬਣਾਇਆ। ਸੋ ਅਸੀਂ ਉਸ ਚੀਜ਼ ਨੂੰ ਅੱਜ 12 ਤਰੀਕ ਹੋ ਗਈ, 13 ਤਰੀਕ ਹੁਣ ਤੱਕ ਉਹਨੂੰ ਅਸੀਂ ਡਿਲੇ ਰੱਖਿਆ ਕਿ ਕੋਈ ਗੱਲ ਨਹੀਂ, ਮਹੱਲੇਦਾਰੀ ਹੈ ਸਾਰਾ ਇੱਕੋ ਹੀ ਪਰਿਵਾਰ ਹੈ, ਇਹਨੂੰ ਬਹਿ ਕੇ ਮਸਲਾ ਹੱਲ ਕਰ ਲਾਂਗੇ। ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਕੋਈ ਇੰਨਾ ਪ੍ਰੈਸ਼ਰ ਨਹੀਂ ਪਾਇਆ, ਪਰ ਉਸਦੇ ਬਾਵਜੂਦ ਕੀ ਹੋਇਆ, ਉਹਨਾਂ ਨੇ ਗਲਤ ਮਤਲਬ ਸਮਝ ਲਿਆ ਕਿ ਪੁਲਿਸ ਨੇ ਕੀ ਕੀਤਾ ਜਾਂ ਇਹਨਾਂ ਨੇ ਕੀ, ਪ੍ਰਧਾਨਾਂ ਨੇ ਕੀ ਕੀਤਾ ਜਾਂ ਕੋਈ ਪਰਿਵਾਰ ਕੀ ਕਰਨ ਡਿਆ ਜਾਂ ਇੱਥੇ ਮਹੱਲੇਦਾਰੀ ਕੀ ਕੀਤਾ। ਸੋ ਉਹਨਾਂ ਨੇ ਬੀਤੇ ਰਾਤ ਅੰਗਰੇਜ਼ ਸਿੰਘ ਦੇ ਘਰ 10-15 ਜਣੇ ਆ ਗਏ, ਤੇਜ਼ ਤਾਰ ਹਥਿਆਰਾਂ ਦੇ ਨਾਲ ਗੇਟ ਨੂੰ ਹੀ ਵੱਢ ਦਿੱਤਾ ਏ। ਸੋ ਉਹਨੇ ਜਾਨ ਬਚਾ ਕੇ ਆਪਣੀ ਉੱਥੋਂ ਭੱਜਿਆ, ਕੋਠੇ ਕੰਧ ਟੱਪ ਕੇ
ਤੇ ਜੇ ਉਹ ਤੇਜ਼ਧਾਰ ਹਥਿਆਰ ਗੇਟ ਨੂੰ ਵੱਢ ਸਕਦੇ ਆ ਤੇ ਉਹਨੂੰ ਵੀ ਜਾਨੋਂ ਮਾਰ ਦੇਣਾ ਸੀ। ਉੱਥੇ ਇੱਕ ਟੈਂਪੂ ਦਾ ਸ਼ੀਸ਼ਾ ਤੋੜਿਆ ਗਿਆ, ਟੈਂਪੂ ਤੋੜਿਆ ਗਿਆ, ਸਵਿਫਟ ਗੱਡੀ ਉਹ ਤੋੜੀ ਗਈ, ਹੋਰ ਵੀ ਉੱਥੇ ਇੱਟਾਂ ਰੋੜਾਂ ਦਾ ਟੀਨਾਂ ਟੁੱਟ ਗਈਆਂ ਨਾਲ ਦੇ ਪਾਸੇ ਜਿਹੜੇ ਘਰ ਸੀ ਗੁਆਂਢੀ। ਇਹ ਉੱਥੇ 15-20 ਮਿੰਟ ਇਹਨਾਂ ਨੇ ਪੂਰਾ ਗਦਰ ਮਚਾਇਆ ਜੀ, ਪੂਰਾ ਗੁੰਡਾਗਰਦੀ ਦਾ ਮਾਹੌਲ ਬਣਾਇਆ। ਕੀ ਮੰਗ ਆ ਤੁਹਾਡੀ? ਮੰਗ ਇਹੋ ਹੀ ਹੈ ਜੀ, ਉੱਥੇ ਸਾਨੂੰ ਇਨਸਾਫ਼ ਮਿਲੇ, ਸੋ ਇਹ ਜਿਹੜਾ ਗੁੰਡਾਗਰਦੀ ਦਾ ਇੱਕ ਗੁੰਡਾਗਰਦੀ ਖਤਮ ਹੋਵੇ, ਉੱਥੇ ਚੌਂਕ ਦੇ ਵਿੱਚ ਨਾ ਖਲੋਣ, ਕੋਈ ਗਲੀ ਦੇ ਵਿੱਚ ਗੁੰਡਾਗਰਦੀ ਨਾ ਆਵੇ। ਇਹਦੀ ਮੈਨੂੰ ਸ਼ਿਕਾਇਤ ਆਈ ਸੀਗੀ ਜੀ, ਅਸੀਂ ਮੌਕੇ ਤੇ ਗਏ ਹਾਂ, ਲੇਕਿਨ ਕਿਸੇ ਵੀ ਪਾਰਟੀ ਨੇ ਕੋਈ ਕੰਪਲੇਂਟ ਨਹੀਂ ਕੀਤੀ। ਫਿਰ ਵੀ ਵੈਰੀਫਾਈ ਕਰਕੇ ਜਿੰਨਾ ਜਿੰਨਾ ਬੰਦਿਆਂ ਦੇ ਨਾਂ ਲੈ ਰਹੇ ਨੇ ਉਹਨਾਂ ਵਿਰੁੱਧ ਬਣਦੀ ਕਾਰਵਾਈ ਕਰ। ਕਾਰਨ ਇਹਨਾਂ ਦੀ ਕੋਈ ਪੁਰਾਣੀ ਆਪਣੀ ਰੰਜਿਸ਼ ਆ। ਹਾਂਜੀ, ਤੇ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ? ਇਹ ਤਕਰੀਬਨ ਹਫ਼ਤਾ ਕੀ ਹੋਇਆ। ਹਾਂਜੀ ਤੇ ਸਰ, ਕਿੰਨੀ ਵਾਰੀ ਝਗੜਾ ਹੋ ਚੁੱਕਾ ਜੀ ਇਹਨਾਂ ਦਾ ਉਸੇ ਇਲਾਕੇ ਦੇ ਵਿੱਚ? ਇੱਕ ਦੋ ਵਾਰੀ ਹੋਇਆ, ਲੇਕਿਨ ਇਹਨਾਂ ਦੇ ਆਪਸੀ ਮੌਤਬਰੀ ਰੋਕ ਦਿੰਦੇ ਰਹੇ ਆ ਕਿ ਅਸੀਂ ਕਰਾਵਾਂਗੇ ਜੀ ਪੁਲਿਸ ਕੋਲੋਂ ਕਾਰਵਾਈ, ਅਜੇ ਅਸੀਂ ਕੋਈ ਨਹੀਂ ਕਰਾਉਣੀ ਚਾਹੁੰਦੇ। ਤਾਂ ਅੱਜ ਇਹਨਾਂ ਦੇ ਵੱਲੋਂ ਕਾਰਵਾਈ ਕਰਵਾਈ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੇ? ਨਹੀਂ, ਅਜੇ ਤੱਕ ਮੇਰੇ ਕੋਲ ਕੋਈ ਨਹੀਂ ਆਇਆ ਜੀ। ਕੰਪਲੇਂਟ ਕਰਨੀ ਹੈ। ਤੇ ਜੇਕਰ ਕੋਈ ਸ਼ਿਕਾਇਤ ਦਿੰਦੇ ਆ ਤੇ ਫੇਰ ਕਰਦੇ ਕੀ ਜੀ? ਸ਼ਿਕਾਇਤ ਤੋਂ ਬਗੈਰ ਹੀ ਮੈਂ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਕਰ ਰਿਹਾ। ਠੀਕ ਹੈ ਜੀ।